ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜਗਦੀਪ ਜੋਗਾ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੁਹਾਡੇ ਆਪਣੇ ਚੈਨਲ ਗ੍ਰੈਂਡ ਮੀਡੀਆ ਦੇ ਸਟੂਡੀਓ ਦੇ ਵਿੱਚੋਂ। ਸੋ ਦੋਸਤੋ, ਤੁਹਾਨੂੰ ਪਤਾ ਕਿ ਦਿਲ ਦੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਅਸੀਂ ਨਵੀਆਂ ਅਤੇ ਪੁਰਾਣੀਆਂ ਆ ਚੁੱਕੀਆਂ ਅਤੇ ਆਉਣ ਵਾਲੀਆਂ ਆਵਾਜ਼ਾਂ ਨੂੰ ਜੀਆਂ ਆਖਦੇ ਹਾਂ। ਆ ਚੁੱਕੀਆਂ ਆਵਾਜ਼ਾਂ ਸਾਡਾ ਮਨੋਰੰਜਨ ਕਰਦੀਆਂ ਨੇ, ਪੰਜਾਬੀ ਅਦਬ ਵੱਲੋਂ, ਸਾਹਿਤ ਵੱਲੋਂ ਉਹਨਾਂ ਦਾ ਧੰਨਵਾਦ। ਅਤੇ ਜਿਹੜੀਆਂ ਆਉਣ ਵਾਲੀਆਂ ਆਵਾਜ਼ਾਂ ਨੇ ਉਹ ਸਾਡੀ ਬੋਲੀ ਦਾ ਮਾਣ ਬਣਨਗੇ, ਇਸ ਉਮੀਦ ਨਾਲ। ਅੱਜ ਜਿਸ ਕਲਾਕਾਰ ਨੂੰ, ਜਿਸ ਨੌਜਵਾਨ ਗੱਭਰੂ ਨੂੰ ਆਪ ਸਭ ਦੇ ਰੂਬਰੂ ਕਰਨ ਦਾ ਮਾਣ ਲੈ ਰਿਹਾ, ਇਹਨਾਂ ਦਾ ਨਾਂ ਹੈ ਜੀ ਗੁਰ ਬਰਨਾਲਾ। ਗੁਰ ਬਰਨਾਲਾ ਜੀ, ਸਭ ਤੋਂ ਪਹਿਲਾਂ ਤੁਹਾਡਾ ਸਟੂਡੀਓ 'ਚ ਆਉਣ 'ਤੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਗ੍ਰੈਂਡ ਮੀਡੀਆ ਦੇ ਸਾਰੇ ਹੀ ਟੀਮ ਨੂੰ। ਸੋ ਮੇਰੇ ਵੱਡੇ ਵੀਰੇ ਜਗਦੀਪ ਜੋਗਾ ਜੀ ਨੂੰ, ਜਿਨ੍ਹਾਂ ਨੇ ਸਕਰੀਨ 'ਤੇ ਆਉਣ ਦਾ ਮੈਨੂੰ ਮੌਕਾ ਦਿੱਤਾ ਵਾ, ਅਤੇ ਮੇਰੀ ਪਹਿਲੀ ਇੰਟਰਵਿਊ ਕੀਤੀ ਹੈ ਜੀ ਇਹਨਾਂ ਨੇ ਜੀ। ਸੋ ਇੱਦਾਂ ਕਿ ਸਿਆਣੇ ਕਹਿੰਦੇ ਕਿ ਕਦਮ ਦਰ ਕਦਮ ਜਦੋਂ ਬੰਦਾ ਚੱਕਦਾ ਤਾਂ ਮਾਸ਼ਾ ਅੱਲਾ ਜਿਹੜੀ ਮੰਜ਼ਿਲ ਆ ਨੇੜੇ ਆਉਣ ਲੱਗ ਜਾਂਦੀ ਹੈ। ਅਤੇ ਅੱਜ ਮੁਬਾਰਕ ਮੌਕਾ ਤੁਹਾਡੇ ਲਈ ਸਪੈਸ਼ਲਿਸਟ ਕਰਕੇ, ਤੁਸੀਂ ਦੱਸਿਆ ਕਿ ਤੁਹਾਡੀ ਪਹਿਲੀ ਇੰਟਰਵਿਊ ਹੈ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸ ਤਰ੍ਹਾਂ ਤੁਹਾਡਾ ਜਿਹੜੀ ਮਾਰਗਦਰਸ਼ਨ ਇਸ ਤਰ੍ਹਾਂ ਹੁੰਦਾ ਰਹੇ, ਲੋਕ ਤੁਹਾਨੂੰ ਜਾਣਦੇ ਰਹਿਣ। ਪਹਿਲਾਂ ਇਹ ਕਿ ਗਾਇਕੀ ਦੀ ਸ਼ੁਰੂਆਤ ਦੀ ਆਪਾਂ ਗੱਲ ਕਰੀਏ, ਇਕੱਲਾ ਗਾਉਣ ਜਾਣਦੇ ਹੋ ਕਿ ਲਿਖਣ ਵੀ ਜਾਣਦੇ ਹੋ? ਹਾਂਜੀ, ਗਾਉਣ ਦਾ ਮੈਨੂੰ ਸ਼ੌਂਕ ਤਾਂ ਸ਼ੁਰੂ ਤੋਂ ਹੀ ਆਈ ਬਚਪਨ ਤੋਂ, ਅਤੇ ਜਿੱਥੇ ਤੱਕ ਲਿਖਣ ਦੀ ਆਈ, ਲਿਖਣ ਮੈਂ ਹੁਣ ਤੋਂ ਹੀ ਲੱਗਿਆ ਜੀ। ਮੈਨੂੰ ਲਿਖਣ ਦਾ ਸ਼ੌਂਕ ਥੋੜ੍ਹਾ ਘੱਟ ਆ, ਪਰ ਜ਼ਿਆਦਾ ਸਿੰਗਿੰਗ ਦਾ ਹੀ ਆਈ ਜੀ। ਅਤੇ ਤੁਸੀਂ ਕਿਸ ਤੋਂ ਇੰਸਪਾਇਰ ਹੋਏ ਹੋ, ਕਿਸ ਨੂੰ ਵੇਖ ਕੇ ਗਾਉਣਾ ਸ਼ੁਰੂ ਕੀਤਾ? ਹਾਂਜੀ, ਮੇਰੇ ਸਿਸਟਰ ਨੇ ਖੁਸ਼ਦੀਪ ਕੌਰ ਜੀ, ਉਹਨਾਂ ਤੋਂ ਕੁਝ ਨਾ ਕੁਝ ਨਵਾਂ ਮੈਨੂੰ ਸਿੱਖਣ ਨੂੰ ਮਿਲਦਾ ਗਾ ਜੀ। ਜੀ, ਸੋ ਬਾਕੀ ਮੈਨੂੰ ਸੂਫੀ ਗਾਇਕ ਪਸੰਦ ਹੈ ਜੀ, ਮਤਲਬ ਕਿ ਖਾਨ ਸਾਹਿਬ ਵਗੈਰਾ, ਜੀ ਖਾਨ ਵਗੈਰਾ, ਇਹਨਾਂ ਤੋਂ ਮੈਂ ਕੁਛ ਸਿੱਖਦਾ ਰਹਿਣਾ ਜੀ ਸੁਣ ਕੇ। ਮਤਲਬ ਜਦੋਂ ਆਪਾਂ ਕਿਸੇ ਤੋਂ ਮੁਤਾਸਰ ਹੁੰਦੇ ਹਾਂ, ਇੰਸਪਾਇਰ ਹੁੰਦੇ ਹਾਂ, ਹਨਾ, ਤਾਂ ਆਪਾਂ ਉਹਨੂੰ ਸਿੱਖਦੇ ਹਾਂ, ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਗਾਣਾ ਗਾਈਏ, ਹਨਾ। ਹਾਂਜੀ, ਅਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਸੰਦੀਦਾ ਫੇਵਰੇਟ ਸਿੰਗਰ ਦਾ ਕਿਹੜਾ ਗਾਣਾ ਸਾਨੂੰ ਤੁਸੀਂ ਸੁਣਾ ਰਹੇ ਹੋ, ਅਤੇ ਕਿਸ ਸਿੰਗਰ ਦਾ ਸੁਣਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਖਾਨ ਸਾਹਿਬ ਜੀ ਦਾ ਸੁਣਾਉਣਾ ਜੀ ਤੁਹਾਨੂੰ, ਸੱਜਣਾ। ਤੂੰ ਸੱਜਣਾ ਰੱਬ ਦੇ ਨਾ ਵਰਗਾ, ਤੇ ਆਉਂਦੇ ਜਾਂਦੇ ਸਾਂ ਵਰਗਾ, ਤੂੰ ਸੱਜਣਾ ਰੱਬ ਦੇ ਨਾ ਵਰਗਾ, ਤੇ ਆਉਂਦੇ ਜਾਂਦੇ ਸਾਂ ਵਰਗਾ, ਹਾਂ ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਆ, ਤੇਰੇ ਬਿਨ ਜੀ ਨਹੀਂ ਸਕਦੇ, ਤੇਰੇ ਬਿਨ ਮਰਤਾ ਸਕਦੇ ਆ, ਤੇਰੇ ਬਿਨ ਜੀ ਨਹੀਂ ਸਕਦੇ। ਵਾਹ ਜੀ ਵਾਹ, ਕੀ ਬਾਤ ਹੈ! ਬੜਾ ਔਖਾ ਸਬਜੈਕਟ ਹੈ ਆਹ ਗਾਇਕੀ ਜਿਹੜੀ ਤੁਸੀਂ ਗਾ ਰਹੇ ਹੋ, ਖਾਨ ਸਾਹਿਬ ਵਗੈਰਾ ਦੀ ਨਾ ਕਲਾਸਿਕਲ ਗਾਇਕੀ ਨਾਲ ਜ਼ਿਆਦਾ ਉਹ ਘੁਲਦੇ ਮਿਲਦੇ ਰਚਦੇ ਹੈ ਨਾ, ਅਤੇ ਇਹਦੇ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ। ਤੁਸੀਂ ਖੁਸ਼ਦੀਪ ਖੁਸ਼ੀ ਜੀ ਦੇ ਕਹਿਣ 'ਤੇ ਕਿੰਨਾ ਚਿਰ ਰਾਜ ਕਰਦੇ ਹੋ ਅਤੇ ਕਿਹੜੀ ਕਿਹੜੀ ਚੀਜ਼ ਦਾ ਰਾਜ ਕਰਦੇ ਹੋ? ਬਸ ਇਹ ਜੋ ਕਹਿੰਦੇ ਨੇ ਉਹ ਮੈਨੂੰ ਕਰਨਾ ਪੈਂਦਾ ਗਾ ਜੀ। ਸੋ ਸੁਬਹਾ ਸ਼ਾਮ ਮੈਂ ਹਾਰਮੋਨੀਅਮ ਅਤੇ ਸਾਹ ਜੋ ਵੀ ਉਹ ਕਹਿੰਦੇ ਨੇ ਉਹ ਮੈਂ ਕਰਦਾ ਬਾਈ। ਕਿੰਨਾ ਟਾਈਮ ਤੁਸੀਂ ਲਾਉਣਾ ਫਿਰ? ਇੱਦਾਂ ਲਾਉਣੀ ਵੀ ਇੱਕ ਘੰਟਾ ਤਾਂ ਪੱਕਾ ਹੀ ਹੈ ਜੀ। ਜੀ ਹਾਂਜੀ, ਅਤੇ ਹੋਰ ਤੁਸੀਂ ਦੱਸਿਆ ਕਿ ਕਾਫੀ ਹੋਰ ਫਨਕਾਰਾਂ ਨੂੰ ਪਸੰਦ ਕਰਦੇ ਹੋ। ਹਾਂਜੀ, ਮਤਲਬ ਕਿ ਜੀ ਖਾਨ ਹੋ ਗਏ ਜੀ, ਜੀ ਅਤੇ ਹੋਰ ਆਪਣੇ ਹੋ ਗਏ, ਸੋਰੀ। ਚਲੋ ਕੋਈ ਨਹੀਂ, ਜਿਸ ਤਰ੍ਹਾਂ ਬਹੁਤ ਸਾਰੇ ਟੇਸਟ ਨੇ ਗਾਇਕੀ ਦੇ, ਹੈ ਨਾ, ਅਤੇ ਖਾਨ ਸਾਹਿਬ ਦੀ ਗੱਲ ਕੀਤੀ ਜੀ, ਖਾਨ ਸਾਹਿਬ ਦੀ ਗੱਲ ਕੀਤੀ, ਸੋ ਇਹ ਦੱਸੋ ਕਿ ਉਸ ਤੋਂ ਬਾਅਦ ਜਦੋਂ ਆਪਾਂ ਗਾਉਣਾ ਸਿੱਖਦੇ ਹਾਂ ਅਤੇ ਅੱਜ ਕੱਲ੍ਹ ਨਾਲ ਦੀ ਨਾਲ ਰੂਟੀਨ ਚੱਲ ਪੈਂਦਾ, ਪਹਿਲਾਂ ਇੱਕ ਸਮਾਂ ਹੁੰਦਾ ਸੀ ਗੁਰਮਨ ਵਾਲਾ ਜੀ ਕਿ ਲਗਾਤਾਰ 15-15, 20-20 ਸਾਲ ਜਿਹੜੇ ਸੀ ਨੌਜਵਾਨ ਮੁੰਡੇ ਜਾਂ ਕੁੜੀਆਂ ਜਦੋਂ ਇਸ ਮਾਰਕੀਟਿੰਗ 'ਚ ਆਉਂਦੇ ਸੀਗੇ, ਹੈ ਨਾ, ਇਸ ਮਤਲਬ ਫੀਲਡ 'ਚ ਆਉਂਦੇ ਸੀਗੇ, ਤਾਂ ਉਹ ਬੜੀ ਮਿਹਨਤ ਕਰਕੇ ਆਉਂਦੇ ਸੀ ਅਤੇ ਕਿਤੇ ਜਾ ਕੇ 15-20 ਸਾਲ ਬਾਅਦ ਉਹਨਾਂ ਦਾ ਸਬੱਬ ਬਣਦਾ ਸੀ ਕਿ ਉਹ ਰਿਕਾਰਡਿੰਗ ਕਰਾਉਣ, ਅਤੇ ਰਿਕਾਰਡਿੰਗ ਕਰਨ ਦਾ ਸਿਲਸਿਲਾ ਬੜਾ ਔਖਾ ਹੁੰਦਾ ਸੀ, ਪਰ ਕੰਪਿਊਟਰ ਯੁੱਗ ਨੇ ਇਹ ਸਿਲਸਿਲਾ ਜਿਹੜਾ ਬੜਾ ਸੌਖਾ ਕਰਤਾ। ਤੁਹਾਡਾ ਗਾਣਾ ਕੋਈ ਰਿਕਾਰਡ ਹੋਇਆ ਹਾਲੇ ਤੱਕ? ਹਾਂਜੀ, ਮੇਰੇ ਹਾਲੇ ਤੱਕ ਮਾਰਕੀਟ 'ਚ 4 ਗਾਣੇ ਆਏ ਨੇ। ਸਭ ਤੋਂ ਪਹਿਲਾ ਗਾਣਾ ਆਇਆ ਸੀਗਾ ਜੀ ਮੇਰਾ ਯਾਦ ਜੀ, ਸੋ ਸਰੋਤੇ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਦੀਪ ਕੋਟਰੇ ਵਾਲਾ ਚੈਨਲ ਤੋਂ ਰਿਲੀਜ਼ ਹੋਇਆ ਸੀਗਾ ਜੀ। ਜੀ, ਤਾਂ ਚਾਹਾਂਗਾ ਵੀ ਜਿਹੜੀ ਯਾਦ ਆ ਉਹ ਸਾਨੂੰ ਵੀ ਯਾਦ ਕਰਾ ਦਿਓ ਕਿ ਤੁਹਾਨੂੰ ਯਾਦ ਕਿੱਦਾਂ ਦੀ ਹੈ। ਹਾਂਜੀ ਜ਼ਰੂਰ ਜੀ।
ਹੁਣ ਨਹੀਂ ਫੱਬਦਾ ਚਿਹਰਾ ਜਾਂਦੀ ਜਾਂਦੀ ਕਹਿ ਗਈ ਉਹ ਹੀਰੇ ਵਰਗਾ ਛੱਡ ਕੇ ਨਾਲੀ ਉਹ ਚਾਂਦੀ ਲੈ ਗਈ ਉਹ ਮੂੰਹ ਦੇ ਉੱਤੇ ਬੋਲ ਕੇ ਜਿਹੜੀ ਤੁਰ ਗਈ ਯਾਰਾਂ ਨੂੰ ਉਹਦੀ ਇੱਕ ਗੱਲ ਜੀ ਸੀਨੇ ਦੇ ਵਿੱਚ ਖੋ ਪਾਉਂਦੀ ਆ ਉਹ ਆਊਗੀ ਆ ਨਾ ਆਊਗੀ ਮੈਨੂੰ ਨੀ ਪਤਾ ਪਰ ਸੱਚੀ ਦੱਸਾਂ ਯਾਦ ਤਾਈ ਉਹਦੀ ਰੋਜ਼ ਆਉਂਦੀ ਆ ਉਹ ਆਊਗੀ ਆ ਨਾ ਆਊਗੀ ਮੈਨੂੰ ਨੀ ਪਤਾ ਪਰ ਸੱਚੀ ਦੱਸਾਂ ਯਾਦ ਤਾਈ ਉਹਦੀ ਰੋਜ਼ ਆਉਂਦੀ ਆ ਜਦੋਂ ਗੁਰ ਆਪਾਂ ਪਹਿਲਾਂ ਗਾਣਾ ਕਰਦੇ ਹਾਂ ਤੇ ਉਹਦੇ ਵਿੱਚ ਆਪਣੇ ਸੰਗੀਆਂ ਸਾਥੀਆਂ ਦਾ ਦੋਸਤਾਂ ਮਿੱਤਰਾਂ ਦਾ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਹੁੰਦਾ ਪਹਿਲਾਂ ਗਾਣਾ ਕਰਨ ਦੇ ਵਿੱਚ ਤੁਹਾਡੇ ਦੋਸਤਾਂ ਦਾ ਜਾਂ ਪਰਿਵਾਰ ਦਾ ਕਿੰਨਾ ਤੁਹਾਨੂੰ ਸਾਥ ਮਿਲਿਆ ਹਾਂਜੀ ਮੇਰੀ ਫੈਮਿਲੀ ਮੈਨੂੰ ਬਹੁਤ ਮਤਲਬ ਕਿ ਸਾਥ ਦਿੰਦੇ ਨੇ ਮੇਰਾ ਜੀ ਹਰ ਕਦਮ ਤੇ ਮੇਰਾ ਉਹ ਨਾਲ ਖੜਦੇ ਨੇ ਮੇਰੇ ਜੀ ਸੋ ਬਹੁਤ ਜ਼ਿਆਦਾ ਪਿਆਰ ਆ ਤੇ ਮੇਰੇ ਦੋਸਤ ਨੇ ਜਿਹੜੇ ਉਹ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮਤਲਬ ਕਿ ਮੇਰਾ ਹਰ ਕਦਮ ਤੇ ਮੇਰਾ ਸਾਥ ਦਿੰਦੇ ਨੇ ਉਹ ਹਾਂਜੀ ਯਾਦ ਗਾਣੇ ਤੋਂ ਬਾਅਦ ਤੁਹਾਨੂੰ ਇੱਕ ਤੋਂ ਯਾਦ ਆਇਆ ਵੀ ਹੁਣ ਆਪਾਂ ਦੂਜਾ ਗਾਣਾ ਵੀ ਕਰਨਾ ਕਿਉਂਕਿ ਤੁਸੀਂ ਕਿਹਾ ਚਾਰ ਗਾਣੇ ਤੁਹਾਡਾ ਦੂਸਰਾ ਗਾਣਾ ਕੌਣ ਸੀ ਹਾਂਜੀ ਦੂਸਰਾ ਗਾਣਾ ਸੀਗਾ ਜੀ ਦਿੱਲੀ ਇਹ ਅੱਛਾ ਉਹ ਫਿਰ ਜੱਟਾਂ ਦੇ ਕਰਕੇ ਥੋੜਾ ਜਿਹਾ ਮੈਨੂੰ ਲੱਗਿਆ ਵੀ ਹਾਂ ਮੈਨੂੰ ਵੀ ਕੁਛ ਕਰਨਾ ਚਾਹੀਦਾ ਗਾਉਣਾ ਚਾਹੀਦਾ ਜੱਟਾਂ ਕਰਕੇ ਨਹੀਂ ਕਿਸਾਨਾਂ ਕਰਕੇ ਕਿਸਾਨਾਂ ਕਰਕੇ ਹਾਂ ਕਿਸਾਨਾਂ ਦਾ ਮੁੱਦਾ ਉਹ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਇਹ ਪੂਰੇ ਉਹਨਾਂ ਲੋਕਾਂ ਦਾ ਮੁੱਦਾ ਜਿਹੜੇ ਰਿਸਕ ਖਾਂਦੇ ਨੇ ਹਾਂਜੀ ਜੀਵ ਤੇ ਰਿਸਕ ਰੱਖਦੇ ਨੇ ਉਹਨਾਂ ਦਾ ਮੁੱਦਾ ਤੇ ਉਸ ਮਸਲੇ ਤੁਸੀਂ ਗਾਣਾ ਲਿਖਿਆ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹਾਂਗੇ ਕਿਉਂਕਿ ਬੜਾ ਜ਼ਰੂਰੀ ਹੈ ਨਾ ਸਾਥ ਦੇਣਾ ਤੇ ਤੁਹਾਡਾ ਕਿਸਾਨੀ ਸੰਘਰਸ਼ ਤੇ ਕਿਹੜਾ ਗਾਣਾ ਸੀ ਤੇ ਜੇ ਤੁਹਾਡੇ ਯਾਦ ਆ ਤਾਂ ਸੁਣਾ ਦਿਓ ਉਹ ਜਿਹੜਾ ਆਉਂਦਾ ਆ ਜੀ ਹੁਣੀ ਅਸੀਂ ਖਬਰਾਉਂਦੇ ਨੀ ਪੈਰ ਪੈਲੀ ਵਿੱਚ ਦੂਜਾ ਧਰੇ ਅਸੀਂ ਚਾਹੁੰਦੇ ਨੀ ਹੁਣ ਸਿਰ ਤੇਰੇ ਘੁੰਮੂ ਬਣ ਕਾਲ ਦਿੱਲੀ ਇਹ ਨੀ ਚੱਲ ਜਿੰਨੀ ਵੀ ਤੂੰ ਚੱਲਣੀ ਆ ਚਾਲ ਦਿੱਲੀ ਇਹ ਸਾਨੂੰ ਬੜੀ ਛੇਤੀ ਜਾਏਗੀ ਤੂੰ ਜਾਣ ਦਿੱਲੀ ਇਹ ਉਹ ਜਦੋਂ ਬਣੇ ਤੇਰੇ ਲਈ ਨੁਕਸਾਨ ਦਿੱਲੀ ਇਹ ਸਾਨੂੰ ਬੜੀ ਛੇਤੀ ਜਾਏਗੀ ਤੂੰ ਜਾਣ ਦਿੱਲੀ ਇਹ ਉਹ ਜਦੋਂ ਬਣੇ ਤੇਰੇ ਲਈ ਨੁਕਸਾਨ ਦਿੱਲੀ ਇਹ ਸਾਨੂੰ ਬੜੀ ਛੇਤੀ ਜਾਏਗੀ ਤੂੰ ਜਾਣ ਦਿੱਲੀ ਇਹ ਕਿਸਾਨੀ ਸੰਘਰਸ਼ ਦੇ ਵਿੱਚ ਸਾਡੀ ਗਾਇਕੀ ਦਾ ਸਾਡੇ ਗਾਇਕਾਂ ਦਾ ਸਾਡੇ ਗੀਤਕਾਰਾਂ ਦਾ ਸਾਡੇ ਸੰਗੀਤਕਾਰਾਂ ਦਾ ਵੱਡਾ ਸਹਿਯੋਗ ਹੈ ਹੋਣਾ ਵੀ ਚਾਹੀਦਾ ਕਿਉਂਕਿ ਸਭ ਤੋਂ ਪਹਿਲਾਂ ਸਾਡੀ ਜ਼ਮੀਰ ਸਾਡੀ ਜ਼ਮੀਨ ਉਹਦਾ ਹੱਕ ਸਾਨੂੰ ਚਾਹੀਦਾ ਸੋ ਇਹਦੇ ਲਈ ਸਾਰੇ ਕਲਾਕਾਰਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਗ੍ਰੈਂਡ ਮੀਡੀਆ ਦੀ ਟੀਮ ਵੱਲੋਂ ਕਿ ਤੁਸੀਂ ਨਾਲ ਖੜੇ ਹੋ ਸਾਡੇ ਸਾਰੇ ਸੱਜਣਾ ਮਿੱਤਰਾਂ ਪਿਆਰਿਆਂ ਦੇ ਕਿਉਂਕਿ ਜੇਕਰ ਕਿਸਾਨੀ ਕਾਮਯਾਬ ਨਹੀਂ ਹੋਏਗੀ ਤਾਂ ਖਾੜੇ ਤਾਂ ਬਹੁਤ ਵੱਡੀ ਦੂਰ ਦੀ ਗੱਲ ਆ ਗਾਣੇ ਆਉਣੇ ਤਾਂ ਬਹੁਤ ਵੱਡੀ ਦੂਰ ਦੀ ਗੱਲ ਆ ਇੱਕ ਰਿਸਕ ਸਵੇਰੇ ਖਾਧਾ ਤਾਂ ਸ਼ਾਮ ਨੂੰ ਮੂੰਹ ਵਿੱਚ ਪੈਣਾ ਵੀ ਮੁਸ਼ਕਿਲ ਹੋ ਜਾਣਾ ਸੋ ਵਾਹਿਗੁਰੂ ਸੱਜੇ ਪਾਤਸ਼ਾਹ ਕਿਰਪਾ ਕਰਨਾ ਇਹ ਜਿਹੜਾ ਕਿਸਾਨੀ ਸੰਘਰਸ਼ ਹੈ ਇਹ ਆਪਾਂ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਜਲਦੀ ਜਿੱਤ ਪ੍ਰਾਪਤ ਕਰੀਏ ਤੇ ਜਲਦੀ ਉਹ ਖੁਸ਼ੀਆਂ ਮਾਣੀਏ ਬਾਬਾ ਨਾਨਕ ਜਲਦੀ ਉਹ ਦਿਨ ਸਾਡੇ ਤੇ ਸਾਰਿਆਂ ਦੇ ਲੈ ਕੇ ਆਉਣ ਹਾਂਜੀ ਤਾਂ ਆਪਾਂ ਗੱਲ ਕਰਦੇ ਹਾਂ ਕਿ ਤੀਸਰਾ ਗਾਣਾ ਤੁਹਾਡਾ ਫਿਰ ਕਿਹੜਾ ਸੀ ਉਹ ਵੀ ਹੱਕ ਦਿੱਲੀ ਤੇ ਸੀਗੇ ਉਹ ਵੀ ਦਿੱਲੀ ਤੇ ਸੀ ਹਾਂਜੀ ਜੀ ਤੁਹਾਡਾ ਚੌਥਾ ਗਾਣਾ ਕਿਹੜਾ ਆਇਆ ਜੀ ਕਿਹੜਾ ਟਰੈਕ ਚੌਥਾ ਗਾਣਾ ਜੀ ਮੇਰਾ ਹੁਣੀ ਆਇਆ ਮਾਰਕੀਟ 'ਚ ਜੀ ਫੇਕ ਲਵ ਜੀ ਸੋ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਉਸ ਸੌਂਗ ਨੂੰ ਔਜਲਾ ਰੈਕਟਸ ਕੰਪਨੀ ਦੇ ਵਿੱਚ ਉਹ ਰਿਲੀਜ਼ ਹੋਇਆ ਜੀ ਜੀ ਲਿਖਿਆ ਕਿੰਨਾ ਦੱਸ ਸੀ ਉਹ ਲਿਖਿਆ ਸੀਗਾ ਜੀ ਆਪਣੇ ਰਾਓ ਸਾਹਿਬ ਜੀ ਨੇ ਸੋ ਮਿਊਜ਼ਿਕ ਦਿੱਤਾ ਉਸਨੂੰ ਸ਼ੇਖ ਨੇ ਜੀ ਬਹੁਤ ਪਿਆਰਾ ਮਿਊਜ਼ਿਕ ਕੀਤਾ ਮਿਕਸਿੰਗ ਮਾਸਟਰਿੰਗ ਉਹਨਾਂ ਨੇ ਕੀਤੀ ਸੀ ਟਰੂ ਟੋਨ ਵਾਲਿਆਂ ਨੇ ਜੀ ਜੀ ਹਾਂਜੀ ਸੁਣਾਓ ਜੀ ਫਿਰ ਸਾਨੂੰ ਚੌਥਾ ਗਾਣਾ ਮਿੱਠੀਆਂ ਜੀਆਂ ਗੱਲਾਂ ਕਰ ਕਰਕੇ ਸਾਡਾ ਸਭ ਕੁਝ ਲੁੱਟਦੀ ਰਹੀ ਮੈਂ ਤੇਰੇ ਉੱਤੇ ਮਰਦਾ ਰਿਹਾ ਤੂੰ ਗਹਿਰਾਂ ਉੱਤੇ ਮਰਦੀ ਰਹੀ ਜਦ ਹੁੰਦੀ ਪੈਸਿਆਂ ਦੀ ਲੋੜ ਬਹਾਨੀ ਲਾਲਾ ਕੇ ਮੰਗਦੀ ਰਹੀ ਮੈਂ ਤੇਰੇ ਉੱਤੇ ਮਰਦਾ ਰਿਹਾ ਤੂੰ ਗਹਿਰਾਂ ਉੱਤੇ ਮਰਦੀ ਰਹੀ ਮੈਂ ਤੇਰੇ ਉੱਤੇ ਮਰਦਾ ਰਿਹਾ ਤੂੰ ਗਹਿਰਾਂ ਉੱਤੇ ਮਰਦੀ ਰਹੀ ਕਿਹੜੇ ਕਿਹੜੇ ਗੀਤਕਾਰ ਤੁਹਾਨੂੰ ਪਸੰਦ ਨੇ ਕਿ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦੇ ਲਿਖਿਓ ਤੁਸੀਂ ਗੀਤ ਗਾਵੋ ਗੀਤਕਾਰ ਤਾਂ ਜੀ ਖਾਨ ਸਾਹਿਬ ਵਗੈਰਾ ਸ਼ੀ ਖਾਨ ਵਗੈਰਾ ਹੈ ਨਾ ਤਰਸੇਮ ਜੱਸੜ ਜੀ ਸੋ ਹੋਰ ਵੀ ਕਾਫੀ ਸਿੰਗਰ ਨੇ ਹਾਲੇ ਨਾਮ ਨਹੀਂ ਲੈ ਸਕਦੇ ਉਹਨਾਂ ਨੇ ਚਲੋ ਫਿਰ ਤੁਸੀਂ ਸਾਡੇ ਸਟੂਡੀਓ 'ਚ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਮਿਹਨਤ ਕਰੋ ਕਿਉਂਕਿ ਮਿਹਨਤ ਹੀ ਰੰਗ ਲੈ ਕੇ ਆਉਂਦੀ ਹੈ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹਨਾਂ ਕਲਾਕਾਰਾਂ ਤੋਂ ਤੁਸੀਂ ਉਹਨਾਂ ਨੂੰ ਮਾਣ ਦਿੰਦੇ ਹੋ ਸਤਿਕਾਰ ਦਿੰਦੇ ਹੋ ਇੰਸਪਾਇਰ ਹੁੰਦੇ ਹੋ ਉਹਨਾਂ ਵਰਗਾ ਤੁਹਾਡਾ ਕਦਕੜ ਬਣੇ ਅਤੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਇੱਕ ਵਾਰ ਫਿਰ ਤੁਹਾਡਾ ਸਟੂਡੀਓ 'ਚ ਆਉਣ 'ਤੇ ਬਹੁਤ ਬਹੁਤ ਸਵਾਗਤ ਅਤੇ ਦੋਸਤੋ ਮਿੱਤਰੋ ਪਿਆਰਿਓ ਇੱਕ ਗੁਜ਼ਾਰਿਸ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਗ੍ਰੈਂਡ ਮੀਡੀਆ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ ਅਤੇ ਕਿੱਦਾਂ ਦੇ ਪ੍ਰੋਗਰਾਮ ਹੋਰ ਆਉਣੇ ਚਾਹੀਦੇ ਇਹ ਜ਼ਰੂਰ ਦੱਸਿਓ। ਜੁੜੇ ਰਹੋ ਗ੍ਰੈਂਡ ਮੀਡੀਆ ਦੇ ਨਾਲ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਸਾਡੇ ਅੱਜ ਦੇ ਮਹਿਮਾਨ ਗੁਰ ਬਰਨਾਲਾ ਵੱਲੋਂ ਸਤਿਕਾਰ ਸਾਹਿਤ। ਸਤਿ ਸ਼੍ਰੀ ਅਕਾਲ ਜੀ।